अस्सलाम वालेकुम नाजरीन, शाहरिया शहजाद के चैनल पर हाजिर हाँ। तो साडा कैमरामैन वेख के अब जरा मैं बड़ा गुस्सा कर रहा है। तो आ मैं जरा ना इंसाफ का तराजू है जरा ना वो सामने रख दिता है, क्योंकि मैं इंसाफ का बड़ा अपने जरा ना कायल हाँ। तो आ देखो इंसाफ का तराजू ते सामने पिया आवे, ठीक है ना। तो यू देखो यार थोड़ा जहाँ ना यदा मेकअप खराब हो गया है, यदा मेकअप खराब हो गया, यानी कि यार उत्ते देखो यार मिट्टी पई हुई है, आ सफाई होने वाली हुई है। तो मैं हमेशा तुम पता इंसाफ पसंद है, मैं किसी अपने जड़ा ना बुरी हालत ही नहीं दे सकता। यदि जड़ा ना ब्यूटी खराब हुई हुई है, सारी खूबसूरती खत्म हुई है, तो उन्होंने असं अपने कैम रखने लगे, यदि रिपेयरिंग कर लगे, यदि सफाई कर लगे हैं। तो मैं सफाई करना रिपेयरिंग करना, तो तुम ना देखो ना जी ना, यदि असं रिपेयरिंग कर लगे हैं। पहले यदि तसला ला के उतो अच्छी तरह इन कपड़े ना साफ करा, यार देखो ये ना बाहर ही दो हाथ करा, देखो कंडे से कितनी मिट्टी पई हुई है, यदि सफाई ना करिए तो यार जंग भी पै सकता सी। तुसी देख रहे हो कि भी मिट्टी उत्ते कितनी पई है, ये देखो तुसी ये बेच भी आ देखो यदा की हशर नशर होया वे, कि बच्चे जड़े ने अपने ख्याल नहीं रखते, तराजू का हाल की होया है। इन्हों असी गिला कपड़ा करके जरा मैं यदि सफाई करा, इस तरह यह देखो यदि मिट्टी सारी हो पहले उतारा अच्छी तरह। यदि अच्छी तरह सफाई होगी, कंडे का बैलेंस सही रखने वास्ते जानी ना पेयरिंग करनी बहुत जरूरी है। तो बच्चे ने छोटे तो बच्चों अजे इन्नी समझ है नहीं होती, अज जो ना मैं बैठा देख रहा कि भी तराजू जरा ना यदि हालत गैर हुई है, तो यदि जी ना रिपेयरिंग कर दें।
ਨਾ ਜੀ ਨਾ ਤੁਸੀਂ ਦੇਖ ਰਹੇ ਹੋ ਅਸੀਂ ਆਪਣੇ ਕੰਡੇ ਦੀ ਰਿਪੇਅਰਿੰਗ ਕਰ ਰਹੇ ਹਾਂ, ਤਰਾਜ਼ੂ ਦੀ ਰਿਪੇਅਰਿੰਗ ਹੋ ਰਹੀ ਹੈ ਅਤੇ ਬਾਹਰ ਇੱਥੇ ਮੁਹੱਲੇ ਦੇ ਵਿੱਚ ਜਿਹੜਾ ਨਾ ਕਿਧਰ ਮਹਿਫਲ ਹੈਗੀ ਹੈ ਅਤੇ ਸਪੀਕਰ ਦੀ ਆਵਾਜ਼ ਵੀ ਆ ਰਹੀ ਅਤੇ ਨਾਲ ਬੱਚੇ ਵੀ ਲੱਗੇ ਨੇ, ਬੱਚਿਆਂ ਦੀਆਂ ਵੀ ਬਾਹਰ ਆਵਾਜ਼ਾਂ ਆ ਰਹੀਆਂ ਨੇ ਹੈਗੀਆਂ, ਛੋਟੇ ਛੋਟੇ ਬੱਚੇ ਨੇ ਹੈਗੇ ਅਤੇ ਉਹ ਦਰਵਾਜ਼ਿਆਂ ਦੇ ਅੱਗੇ ਬਹਿ ਕੇ ਖੇਡ ਰਹੇ ਨੇ ਹੈਗੇ ਅਤੇ ਨਾਲ ਨਾਲ ਆਪਣੇ ਫੇਰੀਆਂ ਵਾਲੇ ਸਬਜ਼ੀਆਂ ਵੇਚਣ ਆ ਰਹੇ ਨੇ ਬਾਹਰ। ਦੇਖੋ ਇਸੇ ਤਰ੍ਹਾਂ ਸਾਰੀ ਸਫਾਈ ਕਰਨੀ ਹੈ। ਹਰ 6 ਮਹੀਨੇ ਬਾਅਦ ਤਕਰੀਬਨ ਅਗਰ ਕੰਡੇ ਦੀ ਰਿਪੇਅਰਿੰਗ ਹੋ ਜਾਵੇ ਨਾ, ਸਾਲ ਬਾਅਦ ਨਹੀਂ ਤਾਂ ਕਰ ਲਓ ਤੁਸੀਂ ਲਾਜ਼ਮੀ, ਕਿਉਂਕਿ ਯਾਰ ਜਿਹੜਾ ਨਾ ਬੈਲੈਂਸ ਖਰਾਬ ਨਾ ਹੋਵੇ। ਆਵਾਮ ਕਹਿੰਦੀ ਹੋਏਗੀ ਕਿਉਂਕਿ ਕੰਡਾ ਕੀ ਹੁੰਦਾ, ਇਹ ਤਰਾਜ਼ੂ ਦੀ ਗੱਲ ਕਰ ਰਿਹਾ ਮੈਂ, ਇੱਥੇ ਪੰਜਾਬੀ ਵਿੱਚ ਕੰਡਾ ਵੀ ਕਹਿੰਦੇ ਨੇ, ਤਰਾਜ਼ੂ ਵੀ ਕਹਿੰਦੇ ਨੇ ਉਰਦੂ ਦੇ ਵਿੱਚ। ਦੇਖ ਲਓ ਇਸੇ ਤਰ੍ਹਾਂ ਸਾਰੀਆਂ ਪੱਤਰੀਆਂ ਜਿਹੜੀਆਂ ਨੇ ਨਾ ਅੱਛੀ ਤਰ੍ਹਾਂ ਸਾਫ਼ ਕਰਨੀਆਂ ਨੇ, ਕਿਉਂਕਿ ਇਸੇ ਦਾ ਸਾਰਾ ਬੈਲੈਂਸ ਹੁੰਦਾ ਹੈ, ਕਿਸ ਤਰ੍ਹਾਂ ਜਿਹਦੀ ਖਰਾਬੀ ਹੋ ਜਾਵੇ ਅਤੇ ਤਰਾਜ਼ੂ ਵਜ਼ਨ ਜਿਹੜਾ ਹੈ ਉਹਦੇ ਵਿੱਚ ਗੜਬੜ ਕਰ ਸਕਦਾ ਹੈ। ਇਹਦੇ ਵਾਸਤੇ ਇਹਦੀ ਰਿਪੇਅਰਿੰਗ ਬਹੁਤ ਜ਼ਰੂਰੀ ਹੈ, ਇਹਦੀ ਸਫਾਈ ਹੁੰਦੀ ਰਹਿਣੀ ਚਾਹੀਦੀ ਹੈ ਨਾਲ ਨਾਲ। ਨਾਜੀ ਨਾ ਦੇਖੋ ਯਾਰ ਬਹੁਤ ਹੀ ਜ਼ਿਆਦਾ ਆਪਣੇ ਨਾਲ ਇਹਦੇ ਖਰਾਬੀ ਪੈਦਾ ਹੋਈ ਸੀ, ਮਿੱਟੀ ਬਹੁਤ ਪਈ ਸੀ ਇਹਦੇ 'ਚ, ਬੈਲੈਂਸ ਇਹਦਾ ਆਊਟ ਹੋਇਆ ਸੀ ਅਤੇ ਇਹਦੀਆਂ ਪੱਤਰੀਆਂ ਬਹੁਤ ਤੇਜ਼ ਨੇ ਯਾਰ, ਨੋਕਦਾਰ ਨੇ ਜਿਸ ਤਰ੍ਹਾਂ ਤਲਵਾਰ ਨੋਕਦਾਰ ਹੁੰਦੀ ਹੈ, ਅਤੇ ਇਹ ਬਹੁਤ ਡੇਂਜਰਸ ਕੰਮ ਹੈਗਾ ਵੀ ਇਹ ਨੋਕਾ ਹੈ। ਦੇਖੋ ਬਹੁਤ ਤੇਜ਼ ਨੇ ਹੱਥ ਵੱਢਣ ਨੂੰ, ਮੈਂ ਹੱਥ ਆਪਣੇ ਜਿਹੜੇ ਬੜੀ ਮੁਸ਼ਕਲ ਬਚਾਏ ਨੇ ਹੈਗੇ, ਕਿ ਇਸ ਤਰ੍ਹਾਂ ਸੀ ਕਿ ਜਿਸ ਤਰ੍ਹਾਂ ਤਲਵਾਰ ਹੱਥ 'ਤੇ ਲੱਗਦੀ ਹੈ ਇਹਦੀਆਂ ਇਹਦੀਆਂ ਨੋਕਾਂ ਤੇਜ਼, ਇਹਦੇ ਤਰਾਜ਼ੂ ਬਣਾਉਣ ਲੱਗਿਆਂ ਕਮ ਅਜ਼ ਕਮ ਤਰਾਜ਼ੂ ਬਣਾਉਣ ਵਾਲਿਆਂ ਨੂੰ ਚਾਹੀਦਾ ਕਿ ਵੀ ਇਹਨੂੰ ਜਿਹੜਾ ਨਾ ਰਗੜਾਈ ਕਰਕੇ ਅਤੇ ਪਲੇਨ ਕਰਿਆ ਕਰਨ, ਕਿ ਅਤੇ ਕਿਸੇ ਵੀ ਬੱਚੇ ਦੇ ਆਪਣੇ ਜਾਂ ਬੜੇ ਦੇ ਆਪਣੇ ਲੱਗ ਜਾਏ ਅਤੇ ਹੱਥ ਵੱਢ ਕੇ ਪਾਸੇ ਕਰ ਦੇਣਗੇ। ਦੇਖੋ ਇਹਦੀ ਹਾਲਤ ਕਿੰਨੀ ਆਪਣੇ ਖਰਾਬ ਸੀ ਹੈਗੀ ਪਹਿਲੇ, ਅਤੇ ਹੁਣ ਦੇਖ ਲਓ ਮਾਸ਼ਾਅੱਲਾ ਸਾਫ਼ ਹੋ ਗਿਆ। ਦੇਖੋ ਦਿਖਾਓ ਜੀ ਆਪਣੇ ਨਾਲ, ਇਹਦੀ ਰਿਪੇਅਰਿੰਗ ਕੀਤੇ ਆਇਆ ਹੈ ਕਿ ਵੀ ਆਪਣੇ ਜਿਹੜਾ ਜਾਂ ਹੋਰ ਮਾਸ਼ਾਅੱਲਾ ਆਪਣੇ ਹੋਰ ਆਪਣੇ ਜਿਹੜਾ 2 ਸਾਲਿਆਂ ਨਾਲ ਜਿਹੜਾ ਨਾ ਤਰਾਜ਼ੂ ਇਹ ਕਿਧਰੇ ਨਹੀਂ ਜਾਂਦਾ ਯਾਰ, ਬੈਲੈਂਸ ਬਿਲਕੁਲ ਸਹੀ ਰਹੇਗਾ। ਹੁਣ ਇਹਦਾ ਜਿਹੜਾ ਤਰਾਜ਼ੂ ਦਾ ਜਿਹੜਾ ਤਸਲਾ ਹੈਗਾ ਇਹਨੂੰ ਵੀ ਸਾਫ਼ ਕਰਨੇ ਆ, ਜਿਹਦੇ 'ਚ ਅਸੀਂ ਆਪਣੇ ਚੀਜ਼ ਰੱਖ ਕੇ ਵਜ਼ਨ ਕਰਨਾ ਹੈ, ਤੋਲਣਾ ਹੈ। ਇਸੇ ਤਰ੍ਹਾਂ ਇਹ ਲੋਹਾ ਹੁੰਦਾ, ਇਹ ਲੋਹੇ ਨੂੰ ਰੰਗ ਪੈ ਜਾਂਦਾ ਹੈਗਾ, ਹਲਕਾ ਲੋਹਾ ਹੈਗਾ ਵੀ ਹਲਕੀ ਜੀ, ਇਹਨੂੰ ਕਹਿ ਲਓ ਕਿ ਵੀ ਪਾਣੀ ਦੀ ਛੇਟੇ ਲੱਗ ਜਾਏਗੀਆਂ, ਨਮੀ ਵੀ ਚੜ੍ਹ ਜਾਵੇ ਤਾਂ ਵੀ ਇਹਨੂੰ ਰੰਗ ਲੱਗ ਜਾਂਦਾ ਹੈਗਾ। ਅੱਜ ਕੱਲ੍ਹ ਦਾ ਮਟੀਰੀਅਲ ਇਸੇ ਤਰ੍ਹਾਂ ਹੀ ਬਸ ਆ ਰਿਹਾ ਹੈਗਾ, ਬਹੁਤ ਹਲਕਾ ਬਣਾਉਂਦੀ ਹੈ ਵਾਮ ਵੀ ਜਿਹੜੀ ਨਾ ਡਾਈਆਂ 'ਤੇ। ਦੇਖੋ ਨਾਜ਼ਰੀਨ ਹੁਣ ਆਪਣੇ ਇਹ ਜੜ੍ਹਾਂ ਦਾ ਕੰਡਾ ਬਿਲਕੁਲ ਠੀਕ ਹੋ ਗਿਆ, ਇਹ ਤਾਂ ਮਹਿਸੂਸ ਹੋ ਰਿਹਾ ਕਿ ਇਹਨੂੰ ਅਜੇ ਪਾਣੀ ਵਾਲਾ ਕੱਪੜਾ ਵੱਜਿਆ, ਇਸ ਵਜ੍ਹਾ ਤੋਂ ਇਹ ਪਾਣੀ ਇਹਦਾ ਖੁਸ਼ਕ ਹੋ ਜਾਣਾ ਹੈ ਅਤੇ ਉਹਦੇ ਬਾਅਦ ਇਹਦਾ ਬੈਲੈਂਸ ਬਿਲਕੁਲ ਠੀਕ ਹੈਗਾ। ਬੈਲੈਂਸ ਬਿਲਕੁਲ ਸਹੀ ਹੈਗਾ, ਕਿਉਂਕਿ ਇੱਧਰ ਇਹ ਕੱਪੜਾ ਪਾਣੀ ਵਾਲਾ ਮਾਰ ਰਿਹਾ ਨਾ, ਇਹਦੀ ਸਫਾਈ ਕਰ ਰਿਹਾ, ਇਹ ਖੁਸ਼ਕ ਹੋਏਗਾ।
ठीक ठाक है बिलकुल है। तो देखो आज की जी मैं वीडियो बनाई हैगी है, तराजू की सफाई की हैगी है, तो कैसी लगी है तुहानू लाइक करना है, शेयर करना है, सबसक्राइब करना है, तो प्यारे प्यारे कमेंट करने नहीं है, तो अगे नाल वध के अपने साथ देना है, बल्कि अपने साथी जड़े और यार दोस्त ने अजीजो अकारब ने उन्होंने भी कहना कि साढ़े चैनल सबसक्राइब करो, क्योंकि हम सानू ज़्यादा तुहाडी अगे नाल भी ज़्यादा जरूरत हैगी है, तो तुहाडे प्यार मुहब्बत की जरूरत है। अजे साडा वाई टाइम पूरा नहीं होया, तो तुसी आपने पूरा करना है साढ़े नाल, अपने उस तरह ही अपने प्यार मुहब्बत के नाल साढ़े चैनल पर तुसी आना है, तो साढ़े नाल अपने जड़ा ना साथ देना है। ये नाल ही असी जड़ा ना अज तुहाडे कोल इजाजत चाहते हैं। अल्लाह हाफिज़।